ਅਕੀਦੇ ਵਿੱਚ ਰਲਾ ਨਹੀਂ ਹੋ ਸਕਦਾ। ਮੌਲਾ ਨਾ ਮੰਨੇ ਜਿਹੜਾ ਉਹਦਾ ਕਦੇ ਨੀ ਭਲਾ ਨਹੀਂ ਹੋ ਸਕਦਾ। ਪੈਗੰਬਰ ਨੇ ਤੁਮਰ ਖੁਦਾ ਦਾ ਬਣਾਇਆ, ਅਲੀ ਨੇ ਉਸਨੇ ਆ ਕੇ ਉਸਕੋ ਸਜਾਇਆ। ਇਸੀ ਮੇ ਫਜ਼ੀਲਤ ਹੈ ਕਾਬੇ ਕਿਸਾਜਤ, ਬੜੇ ਕਰ ਕਾਬੇ ਕਾ ਬੜੇ ਕਰ ਆਇਆ। ਕੱਲਾ ਕਾਬਾ ਹੀ ਨਹੀਂ ਦੁਨੀਆ ਦੇ, ਕੱਲਾ ਕਾਬਾ ਹੀ ਨਹੀਂ ਦੁਨੀਆ ਦੇ, ਲੱਖਾਂ ਉਜੜੇ ਵਸਾਏ ਅਲੀ ਨੇ। ਸਹੀ ਸਮਾਜ ਕਲੰਦਰ ਫਰਮਾ ਰਹੇ ਨੇ, ਹੈਦਰ ਦੇ ਗਦਾਗਰ ਨਹੀਂ ਰੱਖਦੇ ਕੱਖ ਵੀ ਪਰਵਾਹ ਸਿਕੰਦਰ ਦੇ, ਹੈਦਰ ਦੇ ਗਦਾਗਰ ਨਹੀਂ ਰੱਖਦੇ ਕੱਖ ਵੀ ਪਰਵਾਹ ਸਿਕੰਦਰ ਦੇ, ਆਡਾ ਦੇ ਵਿੱਚ ਨਹੀਂ ਡੁੱਬਦੇ ਜਿਨ ਤਾਰੀ ਭਰੀ ਸਮੁੰਦਰ ਦੇ, ਬਸਾਏ ਅਲੀ ਨੇ, ਕੱਲਾ ਕਾਬਾ ਹੀ ਨਹੀਂ ਦੁਨੀਆ ਤੇ,
ਜਿੰਨੇ ਰਹਿੰਦੇ ਨੇ ਉਹਨਾਂ ਦਾ ਪੇਸ਼ਵਾਵਾਂ ਮੁਰਸ਼ਦਾਂ ਪਰਸਦੇ ਕੂਏ ਸ਼ੇਰੇ ਜਸਦਾਨਮ ਅਲੀ ਦੀ ਗਲੀ ਦਾ ਸਾਗਾ ਅਲੀ ਦੀ ਗਲੀ ਦਾ ਸਾਗਾ ਤੇ ਖਾਜਾ ਮੋਇਨੁਦੀਨ ਅਜਮੇਰੀ ਫਰਮਾ ਰਹੇ ਨੇ ਸ਼ਾਹ ਅਸਤ ਹੁਸੈਨ ਬਾਦਸ਼ਾਹ ਅਸਤ ਹੁਸੈਨ ਸ਼ਾਹ ਤੇ ਹੁਸੈਨ ਬਾਦਸ਼ਾਹ ਤੇ ਹੁਸੈਨ ਹੁਸੈਨ ਓਏ ਅਰਸ਼ ਦਾ ਮਾਲਿਕ ਫਰਸ਼ ਦਾ ਮਾਲਿਕ ਹੁਸੈਨ ਮਾਲਿਕ ਜੇ ਕੁਲ ਖੁਦਾਈ ਦਾ ਹੁਸੈਨ ਆਲਾ ਹੁਸੈਨ ਔਲਾ ਹੁਸੈਨ ਮੌਲਾ ਜੇ ਹਰ ਮੌਲਾਈ ਦਾ ਹੁਸੈਨ ਹੀ ਸੁਰ ਹੈ ਹੁਸੈਨ ਹੀ ਗੁਰ ਹੈ ਤਮਾਮ ਰਿੰਦਾਂ ਦੀ ਪੇਸ਼ਵਾਈ ਦਾ ਕਸਮ ਖੁਦਾ ਦੀ ਹੁਸੈਨ ਨਚੋੜੇ ਅਲੀ ਤੇ ਸਰਵਰ ਦੀ ਕੁਲ ਕਮਾਈ ਦਾ ਉਹ ਖੁਸ਼ ਨਸੀਬ ਏ ਭਾਵੇਂ ਗਰੀਬ ਏ ਜਿਹੜਾ ਨੌਕਰ ਏ ਹਸਨ ਦੇ ਭਾਈ ਦਾ ਜਾਇਲ ਬਾਦਸ਼ਾਹ ਦੇ ਉਹ ਸ਼ਹਿਨਸ਼ਾਹ ਪੁੱਤਰ ਦੇ ਕੋਲ ਸ਼ਾਮ ਦਾ ਵਾਸੀ ਨਾਮ ਰਾਹਬ ਆ ਗਿਆ ਤੇ ਆਇਆ ਪਹਿਲਾਂ ਮੁਹੰਮਦ ਮੁਸਤਫਾ ਦੇ ਪਾਕ ਦਰਵਾਜ਼ੇ ਤੇ ਦਰਵਾਜ਼ਾ ਦੇਖੀ ਲੇਕਿਨ ਆਇਆ ਮੁਸਤਫਾ ਦੇ ਕੋਲ ਏ ਪਾਕ ਸਰਵਰੇ ਕਾਇਨਾਤ ਆ ਕੇ ਆ ਕੇ ਉਹਨੇ ਅਰਜ਼ ਕੀਤੀ ਯਾ ਰਸੂਲ ਅੱਲਾਹ ਮੈਂ ਦੁਨੀਆ ਤੋਂ ਬੇ ਔਲਾਦ ਜਾ ਰਿਹਾ ਵੇਖੋ ਮੇਰੀ ਕਿਸਮਤ 'ਚ ਔਲਾਦ ਹੈ ਜਾਂ ਨਹੀਂ ਇਹ ਨਹੀਂ ਸੋ ਆਖਿਆ ਕਿ ਦੁਆ ਕਰੋ ਆਖਿਆ ਸੋ ਵੇਖੋ ਮੇਰੀ ਕਿਸਮਤ 'ਚ ਔਲਾਦ ਹੈ ਜਾਂ ਨਹੀਂ ਪਾਕ ਰਸੂਲ ਦੀ ਜ਼ਾਤ ਨੇ ਲੋਹੇ ਮਹਿਫੂਜ਼ ਦਾ ਮੁਤਾਲਿਆ ਕੀਤਾ ਫਰਮਾਇਆ ਤੇਰੀ ਕਿਸਮਤ 'ਚ ਔਲਾਦ ਕੋਈ ਨਹੀਂ ਰੋਂਦਾ ਬਾਹਰ ਨਿਕਲਿਆ ਪਾਕ ਹਸਨੈਨ ਸ਼ਰੀਫ ਐਨ ਦੀ ਜ਼ਾਤ ਖੇਲ ਰਹੇ ਨੇ ਮੌਲਾ ਹੁਸੈਨ ਕੋਲ ਸਹਾਬੀ ਰਸੂਲ ਜਨਾਬੇ ਸਲੇਮਾਨ ਫਾਰਸੀ ਖੜੇ ਨੇ ਸਲੇਮਾਨ ਫਾਰਸੀ ਕਹਿਣ ਲੱਗੇ ਉਹ ਹੱਸਦਾ ਹੈ ਤੇ ਰੋਂਦਾ ਜਾ ਰਿਹਾ ਏਡੇ ਵੱਡੇ ਸਖੀਆਂ ਦੇ ਬੂਹੇ ਤੋਂ ਪਾਕ ਹੁਸੈਨ ਦੀ ਜ਼ਾਤ ਫਰਮਾਇਆ ਉਹ ਪੁੱਤਰ ਲੈਣ ਤੋਂ ਬਗੈਰ ਹੀ ਤੁਰ ਚੱਲ ਬੜਾ ਰਿਚ ਹੋਇਆ ਕਿ ਮੈਂ ਦੱਸਿਆ ਵੀ ਨਹੀਂ ਵੇਖਣ 'ਚ ਵੀ ਮਾਸੂਮ ਨੇ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਪੁੱਤਰ ਲੈਣ ਆਇਆ ਜਨਾਬੇ ਸਲੇਮਾਨ ਫਰਮਾਉਂਦੇ ਨੇ ਮੰਗਣ ਦੀ ਜਾਂਚ ਨਾ ਹੋਵੇ ਤੇ ਮਾਲਕਾਂ ਦੇ ਗਿਲੇ ਨਹੀਂ ਕਰੀਦੇ ਤੇ ਤੈਨੂੰ ਨਹੀਂ ਪਤਾ ਜਦੋਂ ਜੱਜ ਦੇ ਕੋਲ ਜਾਈਏ ਨਾਲ ਵਕੀਲ ਨੂੰ ਲੈ ਕੇ ਜਾਈਦਾ ਤੇ ਮੁਸਤਫਾ ਦੇ ਕਾਇਨਾਤ ਦਾ ਚਾਚੇ ਦਾ ਵਕੀਲ ਵੀ ਹੁਸੈਨ ਇਬਨ ਅਲੀ ਚੱਲ ਆ ਪਾਕ ਹੁਸੈਨ ਦੀ ਜ਼ਾਤ ਲੈ ਕੇ ਗਏ ਪਾਕ ਨਾਨੇ ਅੱਗੇ ਅਰਜ਼ ਕੀਤੀ ਨਾਨਾ ਜਾਨ ਤੁਹਾਡੀ ਬਾਰਗਾਹ 'ਚੋਂ ਰੋਂਦਾ ਗਿਆ ਬਗੈਰ ਪੁੱਤਰ ਲੈਣ ਤੋਂ ਜਾ ਰਿਹਾ ਪਾਕ ਹੁਸੈਨ ਦੀ ਜ਼ਾਤ ਨੂੰ ਪਾਕ ਰਸੂਲ ਫਰਮਾਉਂਦੇ ਨੇ ਬੇਟਾ ਹੁਸੈਨ ਮੈਂ ਲੋਹੇ ਮਹਿਫੂਜ਼ ਦਾ ਮੁਤਾਲਿਆ ਕੀਤਾ ਇਹਦੀ ਕਿਸਮਤ 'ਚ ਔਲਾਦ ਨਹੀਂ ਲਿਖੀ ਅਤੇ ਮੌਲਾ ਹੁਸੈਨ ਫਰਮਾਉਂਦੇ ਨੇ ਨਾਨਾ ਜਾਨ ਅੱਜ ਮੈਨੂੰ ਇਹ ਦੱਸੋ ਲਿਖਣ ਵਾਲਾ ਕੌਣ ਹੈ ਲਿਖਣ ਵਾਲਾ ਕੌਣ ਹੈ ਸਖਤੇ ਮੈਂ ਖਾਬਦੇ ਹੈ ਕਿ ਤਾਬੀਰ ਕੁਛ ਕਹੇ ਕੁਰਾਨ ਦਮ ਨਜ਼ੂਰ ਹੈ ਤਫਸੀਰ ਕੁਛ ਕਹੇ ਨੋਕੇ ਸਨਾ ਸੇ ਅਰਸ਼ ਤਲਕ ਖਾਮੋਸ਼ੀ ਤੋਂ ਦੇਖ ਖਾਲਕ ਕੋ ਇੰਤਜ਼ਾਰ ਹੈ ਸ਼ਬੀਰ ਕੁਛ ਕਹੇ ਉਸ ਟਾਈਮ ਫਰਮਾਇਆ ਜਾ ਆਪਣੇ ਪਾਕ ਨਾਨੇ ਦਾ ਸਦਕਾ ਤੈਨੂੰ ਇੱਕ ਦਿੱਤਾ ਦੋ ਤਿੰਨ ਚਾਰ ਪੰਜ ਛੇ ਸੱਤ ਜਦੋਂ ਸੱਤ ਫਰਮਾਇਆ ਨਾ ਤੇ ਪਾਕ ਰਸੂਲ ਨੇ ਆਪਣਾ ਦਸਤੇ ਮੁਬਾਰਕ ਹੁਸੈਨ ਇਬਨ ਅਲੀ ਦੇ ਚਿਹਰੇ ਤੇ ਰੱਖ ਦਿੱਤਾ ਵਾਹ ਵਾਹ ਤੇ ਫਰਮਾਇਆ ਹੁਸੈਨ ਬਸ ਤੁਸੀਂ ਤਾਂ ਕਿਆਮਤ ਮੰਗੋ ਤੇ ਖਾਲਕ ਨੂੰ ਦੇਣੇ ਪੈਣੇ ਨੇ ਤੁਸੀਂ ਮੰਗੋ ਤੇ ਉਹਨੂੰ ਦੇਣੇ ਪੈਣੇ ਨੇ ਹੁਣ ਮਾਜ਼ ਅੱਲਾ ਇਹ ਨਹੀਂ ਗੱਲ ਕਿ ਮੁਹੰਮਦ ਮੁਸਤਫਾ ਨਹੀਂ ਸਨ ਦੇ ਸਕਦੇ ਆਪ ਦਾ ਤੇ ਸਦਕਾ ਹੈ ਆਪ ਨਹੀਂ ਸਨ ਦੇ ਸਕਦੇ ਨਹੀਂ ਪਾਕ ਰਸੂਲ ਦੀ ਜ਼ਾਤ ਨੇ ਕਾਇਨਾਤ ਨੂੰ ਦੱਸਿਆ ਕਿ ਲੋਕੋ ਲੋਹੇ ਮਹਿਫੂਜ਼ ਦੇ ਨਾਮ ਹੀ ਨਾ ਲਿਖੇ ਹੋਣ ਤੇ ਮੇਰੇ ਸ਼ਹਿਜ਼ਾਦੇ ਹਸਨ ਹੁਸੈਨ ਆਖਣ ਤੇ ਲਿਖਤ ਦੇ ਉੱਥੇ ਜਾਂ ਨਾਮ ਹੀ ਨਾ ਲਿਖੇ ਹੋਣ ਤੇ ਚਾਹਣ ਤੇ ਲਿਖ ਦਿੰਦੇ ਨੇ ਤੇ ਉੱਥੇ ਸ਼ਾਇਰ ਕੀ ਲਿਖਿਆ ਜਾਇਲੀ ਬਾਦਸ਼ਾਹ ਦੇ ਬਾਰੇ ਚ ਮੌਲਾ ਹਸਨੈਨ ਦਾਏ ਬਾਬਾ ਮੌਲਾ ਹਸਨੈਨ ਦਾਏ ਬਾਬਾ ਇਹਦਾ ਸਦਕਾ ਏ ਮਾਸੂਮ ਦਾ ਰਾਹਬ ਦੇ ਬਣ ਕੇ ਬੱਕੀ ਰਾਹਬ ਦੇ ਬਣ ਕੇ ਬੱਕੀ ਸੱਤ ਬਛੜੇ ਦਵਾਏ ਅਲੀ ਦੇ ਰਾਹਬ ਦੇ ਬਣ ਕੇ ਬੱਕੀ
ਆਈ ਨਹੀਂ ਦੁਨੀਆ ਤੇ ਲੱਖਾਂ ਉਜੜੇ ਵਸਾਏ ਆਂਦੀ ਨੇ ਦੁਨੀਆ ਤੇ ਲੱਖਾਂ ਉਜੜੇ ਵਸਾਏ ਆਂਦੀ ਨੇ ਸ਼ਾਹ ਜੀ ਯਾ 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 ਯਾ